ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਝਾੜੋ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਕੰਮਵਾਈ ਦਾ ਵਪਾਰ ਦਾ ਰੂਟੀਨ 'ਚ ਪਸ਼ੂ ਇਸ ਘਰ 'ਚ ਆਉਂਦੇ ਰਹਿੰਦੇ ਨੇ। ਅੱਜ ਦੀ ਵੀਡੀਓ 'ਚ 6 ਪਸ਼ੂ ਦਿਖਾਵਾਂਗੇ ਤੇ ਦਿਖਾਵਾਂਗੇ ਸੱਜਣੋ, ਜਿਹੜੇ ਹਿਸਾਬ ਨਾਲ ਕਹਿੰਦੇ ਰੁੱਤ ਆ ਰਹੀ ਆ, ਮੌਸਮ ਆ ਰਿਹਾ, ਮੌਸਮ 'ਚ ਚੱਲਣ ਵਾਲੀਆਂ ਚੀਜ਼ਾਂ ਦਿਖਾਵਾਂਗੇ ਤੇ ਜਿਹੜੇ ਰੇਟ ਨੇ, ਰੇਟ ਬਿਲਕੁਲ ਜੈਨੂਅਨ ਹੋਣਗੇ ਤੇ ਸਾਰੀਆਂ ਗਾਵਾਂ ਦੇ ਰੇਟ ਹੀ ਵੀਡੀਓ 'ਚ ਕਰਾ ਦਾਂਗੇ। ਤੇ ਬਾਕੀ ਆ ਜਾਓ, ਬਾਈ ਨਾਲ ਕਰਾ ਦੇਣਾ ਗੱਲਬਾਤ, ਕੱਲੀ ਕੱਲੀ ਖੋਲ ਕੇ ਤੋਰ ਦਾਂਗੇ, ਰੇਟ ਵਗੈਰਾ ਵੀਡੀਓ 'ਚ ਹੋ ਜਾਊਗਾ। ਆ ਜਾਓ ਜੀ, ਹੋਰ ਕੀ ਹਾਲ ਹੈ? ਠੀਕ ਹੈ, ਵਧੀਆ। ਚੜ੍ਹਦੀ ਕਲਾ? ਚੜ੍ਹਦੀ ਕਲਾ। ਕਿਵੇਂ ਚੱਲਦਾ ਕੰਮ? ਵਧੀਆ ਚੱਲੀ ਜਾਂਦਾ, ਲੋਟ ਚੱਲਦਾ? ਵਧੀਆ ਵਧੀਆ। ਇੱਕ ਗੱਲ ਦੀ ਖੁਸ਼ੀ ਹੁੰਦੀ ਆ ਵੀ ਜਦੋਂ ਕੋਈ ਯਾਰ ਨੌਜਵਾਨ ਮੁੰਡਾ ਕੰਮ ਕਰਦਾ, ਹਨਾ, ਜਿਵੇਂ ਆਪਾਂ ਕਹਿ ਲਈਏ ਵੀ ਆਪਣੇ ਕਾਫੀ ਸੱਜਣ ਬਾਹਰ ਜਾਈ ਜਾਂਦੇ ਆ, ਉਹ ਕਹਿਣਗੇ ਵੀ ਸ਼ਾਇਦ ਬਾਹਰ ਵਾਲਿਆਂ ਨੂੰ ਕਹਿੰਦਾ, ਕਿਉਂਕਿ ਸਿਸਟਮ ਇਹ ਹੁੰਦਾ ਯਾਰ, ਕੰਮ ਇੱਥੇ ਬਹੁਤ ਨੇ, ਕੰਮ ਕ੍ਰੀਏਟ ਕਰਨ ਵਾਲਾ ਬੰਦਾ ਚਾਹੀਦਾ, ਹਨਾ, ਕੰਮ ਵਾਧੂ ਨੇ। ਹਾਂ, ਕੰਮ ਉਰੀ ਕਰਨ ਨੂੰ ਬਹੁਤ ਨੇ, ਕੰਮ ਕ੍ਰੀਏਟ ਵਾਲਾ ਬੰਦਾ ਚਾਹੀਦਾ। ਬਾਕੀ ਹਰੇਕ ਦੀ ਅੱਡੋ ਅੱਡ ਸਮਝ ਆ, ਹਨਾ, ਕਰ ਲਈਏ ਸ਼ੁਰੂ ਫਿਰ ਇੱਕ ਨੰਬਰ ਤੋਂ। ਆ ਜਾ ਗੈਰੀ, ਉਹ ਲਿਆ ਕੈਮਰਾ, ਇਹਦੇ ਆਰਡਰ ਤੇ ਮਾਰ ਦੇ ਦਿੰਦਾ, ਪਹਿਲਾਂ ਇਹਦੀ ਆਰਡਰ ਕੁਆਲਿਟੀ ਕਰਾ ਦੇ। ਇੱਕ ਸੁਭਾਅ ਦੀ ਕਿਵੇਂ? ਠੰਡੀ ਆ ਬਾਈ, ਠੰਡੀ। ਸੁਭਾਅ ਦੀ ਠੰਡੀ ਸੀ ਲੈ, ਬਿਲਕੁਲ ਗੱਬਣਾ ਗੱਬਣਾ ਬਾਈ, ਜਮਾ ਨੇੜ ਸੁਣ ਲਓ। ਹਾਂ ਬਾਈ, ਤੋਰ ਖੋਲ ਕੇ ਫਿਰ ਆਰਡਰ ਕੁਆਲਿਟੀ ਆਏ ਆ, ਜਿਵੇਂ ਬਾਹਰ ਵਾਲੀਆਂ ਗਾਵਾਂ ਦੀ ਹੁੰਦੀ ਆ ਬਿਲਕੁਲ ਫਿਕਸ, ਭਰਾਵਾਂ ਨੂੰ ਐ ਲੱਗੂਗਾ ਵੀ ਜਿਵੇਂ ਇਹਨੂੰ ਬਾਜ਼ਾਰ ਲੱਗਿਆ ਹੋਇਆ, ਪਰ ਬਾਜ਼ਾਰ ਬਜੂਰ ਵਾਲਾ ਸੀਨ ਨਹੀਂ ਬਾਈ, ਕਹਿੰਦਾ ਸੂਣ ਦੇ ਜਮਾ ਡਾਲੇ ਤੇ ਆ, ਨੇੜਾ ਗਰਮੀ ਸਰਦੀ ਚੱਲਣ ਵਾਲਾ ਤੋਹਫਾ, ਤੇ ਬਾਕੀ ਜਿਹੜਾ ਰੰਗ ਰੁੰਗ ਆ ਨਾ ਬੱਚੀ ਦਾ, ਜਦੋਂ ਧੁੱਪੇ ਦੇ ਜਾਊਗੇ ਇੱਥੇ ਦਿਖਾਈਏ ਜੀ, ਐਨ ਮਾਰੂਗਾ। ਲਸ਼ਕੋਰਾ ਸੂਆ ਕਿਹੜਾ ਬਾਈ? ਸੂਆ ਦੂਜਾ ਬਾਈ, ਦੂਜਾ ਸੂਆ ਤੇ ਸੂਣ ਦੇ ਬਿਲਕੁਲ ਨੇੜੇ ਆ। ਦੁੱਧ ਕਿੰਨਾ ਪਾ ਸਕਦੀ ਇੱਕ? ਦੁੱਧ ਦੇ ਦੂਗੀ ਬਾਈ, 20 ਕਿਲੋ ਤਾਂ ਦੇ ਦੇਊਗੀ ਬਾਈ ਯਾਰ। 20 ਕਿਲੋ ਦੇੜ ਕਿਹੜਾ? ਆ ਬਾਕੀ ਭਰਾਵਾਂ ਨੇ ਸਮਝਣਾ ਲੈਣਾ ਹੁੰਦਾ ਵੀ ਆਪਣੇ ਘਰੇ ਇਹ 20 ਪਾ ਦੂ, 15 ਪਾ ਦੂ, ਜਾਂ ਆਪਣੇ ਘਰੇ ਇਹ 25 ਪਾ ਦੂਗੀ, ਕਿਉਂਕਿ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ। ਪਰ ਜੇ ਗੱਲ ਇਹਦੀ ਮੈਂ ਕਵਾਲਟੀ ਦੀ ਕਰ ਲਾਂ ਯਾਰ, ਕਵਾਲਟੀ ਬੱਚੀ 'ਚ ਹੈਗੀ ਆ, ਫੁੱਲ ਬਰੀਕੀਆਂ ਵੀ ਫੁੱਲ ਨੇ, ਆਰਡਰ ਵਾਲੇ ਪੱਖ ਤੋਂ ਵੀ ਚਿੱਪ ਕਰਦੀ ਆ, ਤੇ ਜਿਹੜਾ ਥਣ ਦਾ ਸਾਈਜ਼ ਆ ਤੇ ਥਣਾਂ ਦਾ ਗੈਪ ਲੱਗਿਆ ਨਾ, ਉਹ ਵੀ ਇਹਨੂੰ ਬਾਕਮਾਲ ਹੀ ਲੱਗਿਆ, ਕੋਈ ਲੰਬਾ ਥਣ ਨਹੀਂ ਹੈਗਾ ਵੀ ਮਸਟੈਟਸ ਵਾਲੀ ਦਿੱਕਤ ਆ ਜੂ, ਨਾ ਇਹ ਲੇਵੇ 'ਚ ਸਾਰੀ ਉਮਰ ਮਸਟੈਟਸ ਆ। ਹਾਂ ਬਈ, ਹਾਂ, ਗਰਮੀ ਸਰਦੀ ਚੱਲਣ ਵਾਲੀ ਆ, ਜਰਸੀ ਦਾ ਬੱਚਾ ਵੀ ਚੰਗਾ ਪਾ ਸਕਦੀ ਆ, ਤੇ HF ਦਾ ਤਾਂ ਇਹ ਚੰਗਾ ਪਾਈ ਦਿਓ, ਪਾਈ ਦਿਓ। ਰੇਟ ਕੀ ਰਹੂਗਾ ਇਹਦਾ? ਰੇਟ ਬਈ, ਹਾਂ ਨਾ, ਆਪਾਂ ਦੇ ਦੇਵਾਂਗੇ 75,000 ਦੀ, 80 ਕਰੋ 85 ਕਰੋ ਦੇਣੀ 75 ਦੀ ਆ, ਥੋੜਾ ਬਹੁਤਾ ਮਾਨਤਾਨ ਹੋ ਜੂ, ਉਹ ਕਰ ਦੇਵਾਂਗੇ ਬਈ, ਆ ਥੋੜਾ ਬੜਾ ਮਾਨਤਾਨ ਹੋ ਜੂਗਾ। ਬਾਕੀ ਜੇ ਕਿਸੇ ਭਰਾ ਨੇ 2 ਜਾਂ 3 ਇਕੱਠੀਆਂ ਲੈਣੀਆਂ ਨੇ ਤਾਂ ਹੋ ਜਾ, ਹੋ ਜੂ, ਹੋ ਵੀ ਕਰ ਦਾਂਗੇ ਬਈ। ਹਾਂ, ਕਰ ਤੇ ਹੁਣ ਮਾਰ ਦੇ ਗਾਰੀ, 2 ਨੰਬਰ ਵਾਲੀ ਤੇ ਆ ਜਾ, ਇਧਰਲੇ ਬੰਨੇ ਲਿਆ ਕੈਮਰਾ, ਸੈੱਟ ਬਹੁਤ ਖੜੀ, ਆਰਡਰ ਦੀ ਮਾਰ ਦੇ। ਇੱਕ ਖਾਸੀਅਤ ਹੋਰ ਦੱਸ ਦੇਣਾ ਬਾਈ ਦੀ, ਕਿਉਂਕਿ ਆਪਾਂ ਪਹਿਲੀ ਵਾਰ ਲੱਗੇ ਆ ਇਸ ਘਰ 'ਚੋਂ ਵੀਡੀਓ ਬਣਾਉਣ, ਪਰ ਜਿਹੜੀ ਗਾਵਾਂ ਦੀ ਕੁਆਲਿਟੀ ਆ ਨਾ, ਥਣ ਦਾ ਸਾਈਜ਼ ਹੈ, ਉਹ ਮਤਲਬ ਜਿਉਂ ਜਿਹਾ ਆਪਾਂ ਕਹਿ ਲਈਏ ਵੀ ਖੁਸ਼ ਹੁੰਦੇ ਆ ਦੇਖ ਕੇ, ਹਾਂ ਬਈ, ਹਾਂ, ਉਹ ਕੁਆਲਿਟੀ ਆ ਤੇਰੀਆਂ ਗਾਵਾਂ ਦੀ। ਹਾਂ ਬਈ, ਤੋਰ ਦੇ ਖੋਲ ਕੇ ਇਹਨੂੰ। ਸੂਆ ਕਿਹੜਾ ਦਾ? ਸੂਆ ਦੂਜਾ ਬਈ, ਦੂਜਾ ਸੂਆ। ਇੱਥੋਂ ਇਹਦੇ ਕੱਦ ਦਾ ਆਈਡੀਆ ਲਾ ਲਓ, ਕੱਦ ਬਿੱਡ ਵੀ ਚੰਗਾ ਬੱਚੀ ਦਾ, ਤੇ ਜਿਵੇਂ ਤੁਹਾਨੂੰ ਮੈਂ ਸ਼ੁਰੂ 'ਚ ਹੀ ਦੱਸਿਆ ਵੀ ਗਰਮੀ 'ਚ ਚੱਲਣ ਵਾਲੀਆਂ ਤੋਹਫੇ ਦਿਖਾਊਂਗਾ, ਤੇ ਇਹਨਾਂ ਦਾ ਜਿਹੜਾ ਦੁੱਧ ਹੈ, ਦੁੱਧ ਵੀ ਇਹਨਾਂ ਦਾ, ਜੇ ਆਪਾਂ ਗੱਲ ਕਰ ਲਈਏ ਬਈ ਮੱਝਾਂ ਦੇ ਮੱਝਾਂ ਨਾਲ ਦਊਗਾ, ਫੈਟ ਵੀ ਚੰਗੀ ਪਾਊਗੀ ਤੇ ਆਰਡਰ ਵੀ ਬੱਚੀ ਸੋਹਣਾ ਬਣਾਊ, ਤੇ ਥਣ ਦਾ ਸਾਈਜ਼ ਤਾਂ ਉਹੀ ਗੱਲ ਆ ਵੀ ਚੰਗੀ ਮੱਝ ਨੂੰ ਮਾਤ ਪਾਉਂਦਾ। ਸੂਆ ਕਿਹੜਾ ਬਾਈ ਇਹਦਾ? ਸੂਆ ਬਾਈ ਦੂਜਾ। ਕਿੰਨੇ ਦਿਨ ਕੱਢੂਗੀ ਬਾਈ? ਦੇ ਕਰ ਦੂਗੀ, 5-4 ਦਿਨ ਕੱਢ ਦੂਗੀ। 5-4 ਦਿਨ ਕੱਢ? ਹਾਂ, 5-6 ਦਿਨ ਕੱਢ ਦੂਗੀ। ਕੱਦ ਵੀ ਬੱਚੀ ਦਾ ਫੁੱਲਾ ਤੇ ਲੰਬੀ ਲੰਬੀ ਵੀ ਫੁੱਲਾ, ਤੇ ਬਾਕੀ ਜੇ ਥਣ ਦੇ ਸਾਈਜ਼ ਦੀ ਗੱਲ ਕਰ ਲਈਏ, ਉਹ ਤਾਂ ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਸ਼ੁਰੂ 'ਚ ਹੀ ਵੀ ਬਾ ਕਮਾਲ ਹੀ ਹੈ, ਤੇ ਜਿਹੜੀ ਇਹਦੀ ਆਰਡਰ ਦੀ ਨਾ ਸੱਜਣੋ ਸ਼ੇਪ ਆ, ਸ਼ੇਪ ਵੀ ਆਪਾਂ ਐਂ ਕਹਿ ਸਕਦੇ ਹਾਂ ਵੀ ਸਿਰ ਆ ਗਈ, ਠੰਡੀ ਆ ਬਈ, ਕਿੰਨੇ ਨੇ ਕੱਢਣੇ ਨੇ? 5-4 ਹਜੇ ਕੁਆਲਿਟੀ ਫੁੱਲੇ ਆ ਗਈ। ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ? ਇਹ ਬਈ ਦੇ ਦਾਂਗੇ ਆਪਾਂ 65,000 ਦੀ ਦੇ ਦਾਂਗੇ, ਮੁੱਲ 70 ਕਰਾ ਲਓ, 72 ਕਰਾ ਲਓ। ਇਹ 65 ਦੀ, ਨਾਲ ਵਾਲੀ 75 ਦੀ? ਹਾਂ ਬਈ, 1,00,000 ਤੇ 45 ਹੋ ਗਿਆ। ਹਾਂ ਬਈ, ਤੇ ਜੋੜੇ 'ਚ ਥੋੜਾ ਬੜਾ ਹੋ ਜੂ? ਹਾਂ, ਕਰ ਦਾਂਗੇ ਮੌਕੇ ਤੇ, ਮੰਨਦਾ ਜੋੜੇ 'ਚ ਬਾਈ ਕਹਿੰਦਾ ਕਰ ਦਾਂਗੇ। ਤੇ ਹੁਣ ਮਾਰ ਦੇ ਗਾਰੀ 3 ਨੰਬਰ ਵਾਲੀ, ਤੇ ਇਹ ਆ ਗਈ ਜਰਸੀ, ਹੈ ਨਾ? ਹਾਂ, ਇਹ ਜਰਸੀ ਆ, ਪੰਜਾਬ ਵਾਲੀ ਆ, ਮਾਰਕੀਟ 'ਚ ਰਹਿੰਗੇ, ਫੇਸ ਤੇ ਮਾਰ ਦਈਏ, ਪੰਜਾਬ ਵਾਲੀ ਆ ਬਈ ਜਮਾ,
ਪੰਜਾਬ ਵਾਲੀ ਜਰਸੀ ਆ ਗਈ, ਫੇਸ ਕੁਆਲਿਟੀ ਤੋਂ ਆਈਡੀਆ ਲਾ ਸਕਦੇ ਹੋ, ਕੱਦ ਬਿੱਡ ਤੋਂ ਲੰਬੀ ਲੰਬੀ, ਤੇ ਇੱਥੋਂ ਆਰਡਰ ਕੁਆਲਿਟੀ ਤੇ ਮਾਰ ਦੀ ਧੋਰ ਦੇ ਬਾਈ ਖੋਲ ਕੇ। ਸੂਆ ਕਿਹੜਾ ਦਾ? ਸੂਆ ਦੂਜਾ ਬਾਈ, ਦੂਜਾ ਸੂਆ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਬਾਈ? ਤਿੰਨ ਬਾਈ ਲੈ ਜੂਗੀ, ਇਹ ਹਫਤਾ ਲੈ ਜੂਗੀ। ਤੇ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਬਾਡੀ 'ਚ ਹੈ ਨਾ? ਹਾਂ ਬਾਈ ਹਾਂ। ਆ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਤੇ ਪਲੀ ਸਮੀ ਵੀ ਚੰਗੀ ਆ। ਇੱਕ ਹਫਤੇ ਦੇ ਏੜ ਗੇੜ ਇਹ ਬੱਚੀ ਕੱਢ ਦੂਗੀ। ਜਿਵੇਂ ਤੁਹਾਨੂੰ ਮੈਂ ਦੱਸਦਾ ਹੁੰਦਾ ਨਾ ਵੀ ਜਿਹੜੇ ਫਸਲ 'ਚ ਕੋਈ ਘਾਟ ਹੁੰਦੀ ਆ ਉਹ ਪੀਲੀ ਜੀ ਹੋ ਜਾਂਦੀ ਆ, ਉਹ ਗੱਲ ਨਹੀਂ ਹੈਗੀ ਇਹ 'ਚ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਜਿਹੜੇ ਤੱਤ ਨੇ ਉਹ ਸਾਰੇ ਪੂਰੇ ਨੇ, ਵਜਨ ਵੀ ਬੱਚੀ 'ਚ ਫੁੱਲ ਆ। ਇੱਥੋਂ ਕਿਹੜਾ ਹੋਰ ਲੈ ਜੀ ਘੁਮਾ ਕੇ ਆਏ? ਵਜਨ ਵਜੂਦ ਵੀ ਫੁੱਲ ਆ ਗਿਆ, ਕੱਦ ਵੀ ਚੰਗਾ ਜਿਵੇਂ ਜਰਸੀਆਂ ਦਾ ਹੁੰਦਾ, ਤੇ ਬਾਕੀ ਚੜਾਈ ਵਾਲੀ ਬੱਚੀ ਆ ਗਈ, ਉੱਥੋਂ ਚੌੜੇ ਢਾਂਚੇ 'ਚ ਆ ਗਈ, ਦੁੱਧ ਚੰਗਾ ਪਾ ਸਕਦੀ ਆ, ਚੰਗੀ ਇਹ ਬਰੀਡ ਤਿਆਰ ਕਰ ਸਕਦੀ ਆ ਜਿਹੜੇ ਭਰਾ ਨੇ ਬਰੀਡਿੰਗ ਤੇ ਕੰਮ ਕਰਨਾ। ਤੇ ਜਿਹੜਾ ਭਾਅ ਇਹਦਾ ਜਿਵੇਂ ਅੱਜ ਕੱਲ ਮਾਰਕੀਟ 'ਚ ਭਾਅ ਚੱਲ ਰਿਹਾ ਉਹਦੇ ਹਿਸਾਬ ਨਾਲ ਇਹਦਾ ਭਾਅ ਵੀ ਵਾਜਬ ਹੋਊਗਾ। ਤੇ ਆ ਵੀ ਜਰਸੀ ਕੰਪਨੀ 'ਚ ਗਈ, ਸੂਆ ਵੀ ਦੂਜਾ, ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ 5 ਤੋਂ 7 ਇਹਦੇ ਬਾਕੀ ਨੇ, ਦੁੱਧ ਕਿੰਨਾ ਕੁ ਪਾ ਸਕਦੇ ਆ? ਕੀ ਰਿਕਾਰਡ ਦੱਸਿਆ ਇਹਦਾ? ਦੁੱਧ ਦੇ ਦੂਗੀ ਬਾਈ 20 ਤੋਂ ਪਲੱਸ, 20 ਤੋਂ ਬਾਹਰੇ? ਹਾਂ ਜਿਹੇ ਹਿਸਾਬ ਨਾਲ ਤੇ ਇੱਥੋਂ ਤੋਂ ਪਲੱਸ ਦੇ ਦੂ, ਕਿਉਂਕਿ ਜਿਵੇਂ ਜਿਵੇਂ ਇਹਨੇ ਰੈਡੀ ਹੋਣਾ ਨਾ ਚੀਜ਼ ਬਣਦੀ ਜਾਣਾ। ਤੇ ਇੱਥੋਂ ਪਛਾਣ ਨੂੰ ਹੋ ਕੇ ਸਾਰੀ ਮੱਛੀ ਦਿਖਾ ਦੀ, ਜਿਵੇਂ ਫੇਸ ਤੇ ਮਾਰਦੀ ਕੈਮਰਾ, ਲੰਬਾਈ, ਸ਼ਾਈਨਿੰਗ, ਕੱਦ, ਬੈੱਡ, ਹੈ ਨਾ? ਇਹਦਾ ਰੇਟ ਕੀ ਰਹੂਗਾ ਜੀ? ਰੇਟ ਬਾਈ ਇਹਦਾ ਦੇ ਦਾਂਗੇ ਆਪਾਂ 75 ਦੀ ਹਾਂ ਆਈ ਦੇ ਦਾਂਗੇ। 75 ਦੀ? ਹਾਂ ਹਾਂ, ਥੋੜਾ ਬਹੁਤਾ ਹੋ ਜੂ, ਬਸ ਥੋੜਾ ਬਹੁਤ ਹੀ ਕਰਾਂਗੇ ਬਾਈ। ਥੋੜਾ ਬਹੁਤਾ ਮਾਨਤਾ ਆਨੇ 'ਚ ਹੋ ਜੂਗਾ। ਇੱਕ ਗੱਲ ਹੋਰ ਦੱਸਦਾ ਨਾ, ਵੀਡੀਓ ਪਹਿਲੀ ਆ, ਕਿਉਂਕਿ ਬਾਈ ਨੂੰ ਮੈਂ ਪਹਿਲੀ ਕਹਿਤੀ ਵੀ ਰੇਟ ਨੇ ਜਿਹੜੇ ਰੇਟ ਲੈਣ ਦੇਣ ਦੇ ਏੜ ਗੇੜ ਜੀ ਹੋਣਗੇ, ਕੋਈ ਉਹਦੇ 'ਚ ਵੱਡਾ ਫਾਸਲਾ ਨਹੀਂ ਹੈਗਾ ਰੇਟ। ਹਾਂ ਬਾਈ ਹਾਂ। ਤੇ ਹੁਣ ਆ ਜਾ 4 ਨੰਬਰ ਵਾਲੀ, ਤੇ ਹੁਣ ਮਾਰ ਦਿਆ ਬੱਚੀ ਦੇ ਕੈਮਰਾ, ਸ਼ਾਈਨਿੰਗ ਸ਼ੂਨਿੰਗ ਇਹ 'ਚ ਵੀ ਚੰਗੀ ਹੈ ਨਾ? ਉਹ ਲਾਇਆ ਲੂਆ ਤਾਂ ਨਹੀਂ ਹੋਇਆ? ਨਾ ਬਾਈ ਕੁਛ ਨਹੀਂ ਲਾਇਆ, ਨਾ ਨਾ ਮੈਂ ਸ਼ਾਈਨਿੰਗ ਜੀ ਮਾਰੀ ਜਾਂਦੀ ਆ ਵਾਲੀ, ਸ਼ਾਈਨ ਗਾਲੀ ਨੇ ਬਾਈ, ਲਾਇਆ ਕੁਛ ਨਹੀਂ ਆਪਾਂ। ਠੀਕ ਹੈ ਗੱਲ, ਧੋਰ ਖੋਲ ਕੇ ਇਹਨੂੰ ਵੀ। ਹਾਂ ਤੇ ਵਜਨ ਵਜੂਦ ਦੀ ਬਾਡੀ ਦੀ ਬੱਚੀ ਇਹ ਵੀ ਚੰਗੀ ਆ, ਜਿਵੇਂ ਤੁਹਾਨੂੰ ਦੱਸਿਆ ਵੀ ਗਰਮੀ ਚੱਲਣ ਵਾਲੀਆਂ ਚੀਜ਼ਾਂ ਨੇ, ਗਰਮੀ ਵਾਲੀ ਨੇ ਬਾਈ, ਸਾਰੇ ਕਾਹ ਚਾ ਗਈ ਕਰਾਓ ਸਾ ਸਾਹੀ ਬਾਤ ਕੀ ਆ। ਜਦੋਂ ਧੁੱਪੇ ਜਾਊਗੇ ਉੱਥੇ ਸ਼ਾਈਨਿੰਗ ਚੈੱਕ ਕਰਿਓ। ਜਿਹੜਾ ਥਣ ਦਾ ਸਾਇਜ ਆ ਇਹਨੂੰ ਵੀ ਯਾਰ ਆਪਾਂ ਕਹਿ ਸਕਦੇ ਹਾਂ ਵੀ 100 ਦਾ 100 ਲੱਗਿਆ, ਸਿਰਾ ਕਹਿ ਸਕਦੇ ਹਾਂ। ਬਾਕੀ ਕਮੈਂਟ ਕਰਕੇ ਵੀ ਦੱਸਿਓ ਮੈਨੂੰ, ਇੱਕ ਤਾਂ ਭਰਾ ਹੁੰਦਾ ਵੀ ਉਦਾਂ ਆਪਾਂ ਹਨਾ ਤਾਰੀਫ ਕਰਦਾ ਰਿਹਾ ਵੀ ਬਾਕੀ ਬਾਈ ਦੇ ਜਾਨਵਰ ਨੇ ਜਿਹੜੇ ਸੱਜਣੋ ਤਾਰੀਫ ਦੇ ਕਾਬਲ ਨੇ। ਸੂਆ ਦੂਜਾ ਇਹਦਾ ਵੀ ਬਾਈ? ਦੂਜਾ ਬਾਈ ਇਹਦਾ ਵੀ। ਆ ਕੱਦ ਇਹਦਾ ਵੀ ਫੁੱਲ ਵੱਡਾ ਆ ਗਿਆ, ਤੇ ਬਾਡੀ ਦੀ ਵੀ ਚੰਗੀ ਆ, ਲੰਬੀ ਲੰਬੀ ਫੁੱਲ ਆ ਗਈ। ਉਰੋਂ ਜੇ ਕਿਹਾ ਇਹਨੂੰ ਹੋਰ ਘੁਮਾ ਕੇ ਲੈ ਜੀ, ਇਹਨੂੰ ਕਿੰਨੇ ਦਿਨ ਕੱਢ ਦੂਗੀ ਬਾਈ? ਇਹ ਵੀ ਹਫਤਾ ਮੰਨ ਕੇ ਚੱਲੋ। ਕਿੰਨਾ ਕੁ ਦੁੱਧ ਪਾ ਸਕਦੀ ਆ? ਦੁੱਧ ਦੇ ਦੂਗੀ ਬਾਈ 17-18 ਕਿਲੋ। 17-18? ਹਾਂ ਆਪਾਂ ਤਾਂ 2 ਕਿਲੋ ਘੱਟ ਹੀ ਕਹਾਂਗੇ, ਸਤਾਰਾਂ ਅਠਾਰਾਂ ਕਿਲੋ ਇਹ ਵੀ ਕ੍ਰੋਸ ਮੱਝਾਂ ਦੇ ਏੜ ਗੇੜ। 17-18 ਕਿਲੋ ਖੁੱਲਾ ਦਿਓ ਬਾਈ। ਤੇ ਚਵਾਈ ਦੀ ਕਿਵੇਂ ਆ? ਚਵਾਈ ਦੀ ਪੂਰੀ ਪੋਲੀ ਆ, ਪੂਰੀ ਪੋਲੀ ਬਾਈ। ਆ ਜਿਹੜੇ ਹਿਸਾਬ ਨਾਲ ਥਣ ਦਾ ਸਾਇਜ਼ ਆ? ਹਾਂ ਪੂਰੀ ਪੋਲੀ ਬਾਈ ਚਵਾਈ। ਆ ਇੱਥੋਂ ਗਹਿਰੀ ਸਾਈਡ ਤੋਂ ਲੰਬਾਈ ਲੰਬੂਈ ਆਰਡਰ ਕੁਆਲਿਟੀ ਥਣ ਦਾ ਸਾਇਜ਼, ਕਹਿਣ ਦਾ ਭਾਵ ਹੈ ਮੇਰਾ ਵੀ ਹਰੇਕ ਪੱਖ ਤੋਂ ਦਿਖਾ ਦੀ, ਕਿਉਂਕਿ ਕਈ ਵਾਰੀ ਕਿਸੇ ਦੂਰ ਵਾਲੇ ਸੱਜਣ ਨੇ ਭਰਾ ਨੇ ਆਨਲਾਈਨ ਮੰਗਾਉਣਾ ਹੁੰਦਾ ਪਸ਼ੂ, ਉਹ ਬਾਈ ਤੋਂ ਆਨਲਾਈਨ ਵੀ ਮੰਗਾ ਲੂਗਾ। ਜਿਵੇਂ ਆਪਾਂ ਆਨਲਾਈਨ ਮਾਲ ਭੇਜਣਾ ਥਣਾ ਦੀ ਓਟ ਤੇ ਭੇਜ ਦਾਂਗੇ, ਭੇਜ ਦਾਂਗੇ ਬਾਈ, ਭੇਜ ਦਾਂਗੇ। ਉਹ ਥਣਾ ਦੀ ਗਾਰੰਟੀ ਤੇ ਬਾਈ ਕਹਿੰਦਾ ਭੇਜ ਦਾਂਗੇ। ਜਾਨਵਰ ਬਾਈ ਦੇ ਸਾਰੇ ਸਾਫ ਸੁਥਰੇ ਨੇ, ਕਹਿਣ ਦਾ ਭਾਵ ਸਭ ਤੋਂ ਜ਼ਿਆਦਾ ਮੇਨ ਮੈਟਰ ਹੁੰਦਾ ਜਿਹੜਾ ਥੱਲੇ ਦੀ ਕੁਆਲਿਟੀ ਦਾ ਹੁੰਦਾ ਪਸ਼ੂ ਦੇ, ਕਿਉਂਕਿ ਬਲ ਢੱਲਾਂ 'ਚ ਕਾਫੀ ਨੇ। ਆਰਡਰ ਸੋਹਣਾ ਬਣਾਉ, ਥਣ ਸਿੰਗਲ 4 ਹੀ ਨੇ ਤੇ ਲੱਗੇ ਵੀ ਸੋਹਣੇ ਨੇ ਤੇ ਗੈਪ ਵੀ ਸੋਹਣਾ ਇਹਨਾਂ 'ਚ। ਇਹਦਾ ਰੇਟ ਕੀ ਰਹੂਗਾ ਜੀ? ਇਹ ਵੀ ਬਾਈ 75 ਦੀ ਹਾਂ ਨਾ ਦੇ ਦਾਂਗੇ ਆਪਾਂ, 75 80 ਕਰਾ ਲਓ, 82 ਕਰਾ ਲਓ। ਹਾਂ ਠੀਕ ਹੈ ਗੱਲ, ਮਾਨਤਾਨ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ। ਆ 200 ਨੂੰ ਦਿਖਾ ਦੂੰਗਾ ਹੁਣ ਪ੍ਰਿੰਟ ਵਾਲੀਆਂ, ਕਿਉਂਕਿ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਵੀ ਪ੍ਰਿੰਟਡ ਵੀ ਚਾਹੀਦੀ ਆ। ਧੋਰ ਦੇ ਬਾਈ ਖੋਲ ਕੇ, ਇਹ ਆ ਗਈ 5 ਨੰਬਰ ਦੇ। ਇਹਦਾ ਸੂਆ ਕਿਹੜਾ ਬਾਈ? ਇਹਦਾ ਦੂਜਾ ਬਾਈ, ਦੂਜਾ ਸੂਆ। ਕੱਦ ਇਹਦਾ ਵੀ ਚੰਗਾ ਹੈ ਨਾ? ਹਾਂ ਬਾਈ ਹਾਂ। ਇਹਦੇ ਕਿੰਨੇ ਕੁ ਦਿਨ ਪੈਂਡਿੰਗ ਨੇ? ਇਹ ਵੀ ਲੈ ਜਾਓ ਬਾਈ 10-12 ਦਿਨ ਮੰਨ ਕੇ ਚੱਲੋ ਜੀ, 10 ਦਿਨ ਪੈਂਡਿੰਗ। ਹਾਂ 10 ਦਿਨ ਜੀ। ਤੇ ਬਾਡੀ ਦੀ ਚੜਾਈ ਚੰਗੀ ਆ ਗਈ ਇਹਦੀ ਉੱਤੋਂ। ਹਾਂ ਇੱਥੋਂ ਗਹਿਰੀ ਬਾਡੀ ਦੀ ਚੜਾਈ ਦਿਖਾ ਦੀ, ਬਾਡੀ ਦੀ ਉੱਤੋਂ ਚੌੜੇ ਢਾਂਚੇ 'ਚ ਆ ਗਈ, ਜਿੱਦਾਂ ਆਪਾਂ ਕਹਿ ਲਈਏ ਬੰਦ ਜੀ ਨਹੀਂ ਹੈਗੀ ਬੈਡ ਕਿਸੇ ਵੀ ਪੱਖ ਤੋਂ, ਖੁੱਲੂ ਬਹੁਤ ਬਾਈ, ਹਜੇ ਕੱਚੀ ਆ। ਆ ਥਣ ਦਾ ਸਾਇਜ਼ ਇਹਦਾ ਵੀ ਸੋਹਣਾ ਤੇ ਰੱਖੂਗੀ ਵੀ ਕੱਲਾ ਕੱਲਾ। ਤੇ ਇਹ ਆ ਗਈ ਪ੍ਰਿੰਟ 'ਚ ਵਜਨ ਵਜੂਦ ਵਾਲੀ ਜਾਨ ਵਾਲੀ ਬੱਚੀ ਆ ਗਈ, ਇਹਦਾ ਰਿਕਾਰਡ ਕੀ ਦੱਸਿਆ ਦੁੱਧ ਦਾ ਬਾਈ?
ਇਹਦਾ ਬਈ ਇਹ ਵੀ ਦੇ ਦੂਗੀ 20 ਕਿਲੋ ਦੁੱਧ ਖੁੱਲਾ ਜਮਾ 20 ਕਿਲੋ ਜਮਾ ਖੁੱਲਾ। ਹਾਂ ਜਿਹੜੇ ਹਿਸਾਬ ਨਾਲ ਜਾਤ ਨਸਲ ਹਾਂ ਬਈ ਜਾਤ ਕੁਆਲਿਟੀ ਹੈ ਨਾ, ਹਾਂ ਦੁੱਧ ਇਹ ਵੀ ਚੰਗਾ ਪਾ ਤੂੰ, ਜਾਤ ਨਸਲ ਕੁਆਲਿਟੀ ਵੱਛੀ ਚ ਚੰਗੀ ਆ, ਤੇ ਆਰਡਰ ਜਿਹੜਾ ਆਰਡਰ ਸੋਹਣਾ ਬਣਾਊਗੀ ਤੇ ਬਣਾਊਗੀ ਆਰਡਰ ਇਹ ਸੱਜਣੋ ਫਿਕਸ ਜਾ, ਟੁੱਟਮਾ ਨਹੀਂ ਰੱਖਦੀ ਕੋਈ ਵੀ ਗਾਂ, ਜਿੰਨੀਆਂ ਬਾਈ ਦੇ ਘਰੋਂ ਦਿਖਾਈਆਂ ਮੈਂ ਆਰਡਰ ਸਾਰੀਆਂ ਦਾ ਫਿਕਸ ਜਾ, ਸੋਹਣਾ ਆਰਡਰ ਰੱਖੂ। ਜਿੱਦਾਂ ਚੀਜ਼ਾਂ ਦੀ ਕਿਦਾਈ ਆ ਗਈ ਤੇ ਇਹ ਚੀਜ਼ ਦਾ ਗੈਪ ਆ ਗਿਆ, ਕਿਉਂਕਿ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ, ਬਾਕੀ ਜਿਹੜੇ ਭਰਾ ਨੇ ਲੈਣਾ ਹੁੰਦਾ ਉਹਨੇ ਆਪਦੀ ਜੱਜਮੈਂਟ ਨਾਲ ਲੈਣਾ ਹੁੰਦਾ। ਇਹਦਾ ਇਹ ਬਾਈ ਦੇ ਦਾਂਗੇ 60 ਦੀ ਖਾਣਾ, 60 ਅੱਜ ਕੱਚੀ ਦੇ ਹਿਸਾਬ ਨਾਲ। ਹਾਂ ਠੀਕ ਆ ਗੱਲ, ਇਹ ਰੇਟ ਅੱਜ ਦਾ ਰੇਟ ਆ, ਉਹਦਾ ਧਿਆਨ ਰੱਖਿਓ। ਹਾਂ ਬਾਈ 60 ਦਾ, ਕਈ ਵਾਰੀ 2-4 ਦਿਨ ਪਸ਼ੂ ਹੈ ਨਾ ਰੁਕ ਜਾਂਦਾ ਰੈਡੀ ਹੋ ਜਾਂਦਾ, ਅੱਜ ਦਾ ਰੇਟ ਦਾ ਉਦੋਂ ਬਾਈ ਕਹਿੰਦਾ ਆਪਾਂ 60 ਦੀ ਨਹੀਂ ਦੇਣੀ, ਇਹ ਸਿਰਫ ਅੱਜ ਦਾ ਰੇਟ ਹੈ। ਜੇ ਕਿਸੇ ਭਰਾ ਨੇ ਅੱਜ ਸ਼ਾਮ ਕੇ ਵੇਚਣੀ ਆ ਉਹਨੂੰ ਦੇ ਕੇ ਜਾਊਗੀ 2 ਰੁਪਏ, ਘਟਾ ਕੇ ਨਹੀਂ ਜਾਂਦੀ, ਘਟਾ ਕੇ ਨਹੀਂ ਜਾਂਦੀ। ਇਹਦਾ ਕਿਸੇ ਨਾਲ ਲਾਸਟ ਵਾਲੀ ਬੱਚੀ ਦਾ ਇਹ ਵੀ ਬਾਈ ਦੇ ਦੂ 15-16 ਕਿਲੋ, ਦੂਜਾ ਸੂਆ ਬਈ, ਦੂਜਾ ਸੂਆ ਬਈ ਤੋਰ ਦੇ ਹੋਏ ਕਰਦੇ ਦਾ ਦਰਮਿਆਨਾ ਆ ਗਿਆ, ਪਰ ਉੱਤੋਂ ਚੜਾਈ ਵਾਲੀ ਆ ਗਈ ਹੈ ਨਾ। ਹਾਂ ਬਈ ਹਾਂ, ਉੱਤੋਂ ਬਾਡੀ ਦੀ ਚੜਾਈ ਵਾਲੀ ਆ ਗਈ, ਇਹ ਵੀ HF ਕ੍ਰੋਸ ਚ ਆ ਗਈ, ਥਾਣੇ ਨੂੰ ਵੀ ਸੋਹਣਾ ਲੱਗਿਆ। ਤੇ ਸੂਆ ਕਿਹੜਾ ਜੀ ਇਹਦਾ? ਸੂਆ ਇਹਦਾ ਬਈ ਦੂਜਾ, ਦੂਜਾ ਸੂਆ ਕਿੰਨੇ ਕੁ ਦਿਨ ਕੱਢੂਗੀ ਇਹ? ਇਹ ਵੀ ਲੈ ਜਾਓ ਬਈ ਹਫਤਾ, ਇੱਕ ਹਫਤਾ। ਹਾਂ ਬਈ ਹਫਤਾ ਪੈਂਡਿੰਗ ਹੈ ਇਹਦਾ। ਰਿਕਾਰਡ ਕੀ ਦੱਸਿਆ ਦੁੱਧ ਦਾ ਬਾਈ? ਇਹ ਬਾਈ ਦੇ ਦੂ 15-16 ਕਿਲੋ ਦੁੱਧ ਦੇ ਦੂਗੀ, 15 ਕਿਲੋ। ਹਾਂ 15 ਕਿਲੋ ਦੇ ਦੂਗੀ, 1500 ਖੁੱਲਾ ਜਾਵਾ, ਖੁੱਲਾ ਦੇਊ ਬਈ। ਆ ਕਮਾਲ ਆ ਬਾਈ, ਚਵਾਈ ਦੀ ਕਿਵੇਂ ਆ ਇਹ? ਚਵਾਈ ਦੀ 1 ਨੰਬਰ ਆ ਬਈ। ਤੇ ਜਿੱਦਾਂ ਆ ਗਹਿਰੀ ਇੱਕ ਫੇਸ ਤੇ ਮਾਰਦੀ ਇਹਦੇ, ਥੋੜੀਆਂ ਥੋੜੀਆਂ ਸ਼ੰਖਾਂ ਜਾਂ ਫੁੱਟੀਆਂ ਜਿਹੀਆਂ ਹੋਈਆਂ ਸਿੰਗ ਵਾਲੇ ਪੱਖ ਤੋਂ, ਇੱਥੋਂ ਇਹ ਥੋੜੀਆਂ ਫੁੱਟੀਆਂ ਹੋਈਆਂ ਉਦਾਂ ਮੇਰਾ ਖਿਆਲ ਆ। ਹਾਂ ਬਈ ਇਹ ਕਢਾਉਣ ਕਢੂਣ ਤੇ ਬਾਅਦ ਚੋਂ ਆ ਜਾਂਦੇ ਨੇ ਉਦਾਂ, ਹਾਂ ਬਾਅਦ ਚੋਂ ਆਈਆਂ ਹੋਈਆਂ। ਸਵਾਦ ਹੀ ਠੰਡੀ ਹੈ? ਹਾਂ ਪੂਰੀ ਬਈ ਠੰਡੀ, ਆ ਲਿਆ ਬਈ ਇਹਨੂੰ ਕਿਵੇਂ ਮਰਜ਼ੀ ਲੈ, ਆ ਸਵਾਦ ਹੀ ਆ ਗਈ ਬਿਲਕੁਲ ਠੰਡੀ ਸੀ ਲੈ। ਕਈ ਵਾਰੀ ਸ਼ਾਖਾਂ ਹੁੰਦੀਆਂ ਜਿਹੜੀਆਂ ਮਾੜੀਆਂ ਮੋਟੀਆਂ, ਹਾਂ ਸਵਾਦ ਹੀ ਠੰਡੀ ਆ ਬਈ। ਇਹਦਾ ਦੁੱਧ ਬਾਈ ਕਹਿੰਦਾ 15 ਕਿਲੋ ਪਾ ਦੂਗੀ, ਕਿਉਂਕਿ ਜੈਨੂਅਨ ਦੀ ਜਾਣਕਾਰੀ ਦਿੱਤੀ ਆ ਬਾਈ ਨੇ, ਕਿਉਂਕਿ 14-15 2000 ਗਾਂ ਮਰਨ ਵਾਲੀ ਹੈ ਵੀ ਨਹੀਂ ਵੈਸੇ ਇਹ। ਇਹਦਾ ਰੇਟ ਕੀ ਰਹੂਗਾ ਜੀ? ਇਹ ਆਪਾਂ ਦੇ ਦਿਆਂਗੇ ਬਾਈ 55 ਕਰਾ ਲਓ, ਆਪਾਂ 50,000 ਦੀ ਬੱਸੀ ਦੇਵਾਂਗੇ ਅੱਜ ਕੱਚੀ ਦੇ ਹਿਸਾਬ ਨਾਲ। ਇਹ 50 ਦੀ ਨਾਲ ਵਾਲੀ 60 ਦੀ? ਹਾਂ ਬਾਈ। ਜੋੜੇ ਚੋਂ ਕਿੰਨੇ ਡਾ ਦੇਗਾ ਜੀ ਫਿਰ? ਬਸ ਜੋੜੇ ਚੋਂ ਮਾਨਤਾਨ ਕਰ ਦਾਂਗੇ ਬਾਈ, ਮਾਨਤਾਨ ਕਰ ਦਾਂਗੇ ਮੌਕੇ ਤੇ। ਠੀਕ ਹੈ ਗੱਲ, ਹਾਂ ਮਾਨਤਾਨ ਹੋ ਜੀ। ਨੰਬਰ ਬੋਲੋ ਜੀ। ਨੰਬਰ 9615 ਬਾਈ 34,000, 9615 34,000 ਬਾਈ ਦਾ ਨੰਬਰ ਆ। ਪਿੰਡ ਹੈਗਾ ਝਾੜੋਂ, ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆ। ਇਹਨਾਂ ਗਾਵਾਂ ਚੋਂ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ। ਧੰਨਵਾਦ ਜੀ।